ਸਾਂਝੀ ਸਤਿਸ਼੍ਰੀ ਅਕਾਲ ਦੋਸਤੋ ਪੰਜਾਬ ਨਿਊਜ਼ ਟੀਵੀ ਦੇਖ ਰਹੇ ਸਾਰੇ ਹੀ ਸਰੋਧਣਾਂ ਨੂੰ ਜੀ ਆਇਆਂ ਨੂੰ ਕੈਨੇਡਾ ਤੋਂ ਮੂੜ ਆਈ ਵੱਡੀ ਮਾੜੀ ਖਬਰ ਦਿਲ ਦਾ ਦੌਰਾ ਪੈਣਾ ਪੰਜਾਬੀ ਨੌਜਵਾਨ ਦੀ ਮੌਤ ਆ ਤਾਜ਼ਾ ਵੱਡੀ ਖਬਰ ਆ ਚੁੱਕੀ ਹੈ ਖਬਰ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇ ਲੋਕਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈਣ ਤੇ ਵੀਡੀਓ ਨੂੰ ਆਤ ਤੋਂ ਆ ਲਾਈਕ ਤੇ ਸ਼ੇਅਰ ਵੀ ਕਰ ਦੇਣਾ ਪੰਜਾਬ ਲਿੰਕ ਕੈਨੇਡਾ ਤੋਂ ਮੂੜ ਮਾੜੀ ਖਬਰ ਸਾਹਮਣੇ ਹੈ ਦੋਹਰਾ ਦੇ ਨੇੜੇ ਪਿੰਡ ਰਾਮਪੁਰ ਦੇ ਇੱਕ ਨੌਜਵਾਨ ਨੂੰ ਦਿਲ ਦਾ ਦੌਰਾ ਪੈਣ ਨਾਲ ਮੋਦੋਂ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ ਮ੍ਰਿਤਿਕ ਦੇ ਪ੍ਰਗੁਪੀਰ ਸਿੰਘ ਕੋਲੋਂ ਜਾਣਕਾਰੀ ਮਿਲੀ ਹੈ ਉਸ ਦਾ ਪ੍ਰਗੁਜਿੰਦਰ ਸਿੰਘ ਮੰਗੜ ਉਰਫ ਜੱਗੀ ਪੁੱਤਰ ਕਰਨਾਲ ਸਿੰਘ 2000 15 ਦੇ ਵਿੱਚ ਕੈਨੇਡਾ ਚ ਸਰੀ ਗਿਆ ਸੀ ਜਿਸ ਦੀ ਪਤਨੀ ਤੋਂ ਦਾ 6 ਸਾਲਾ ਬੇਟਾ ਵੀ ਕੁਝ ਮਹੀਨੇ ਪਹਿਲਾਂ ਹੀ ਉਸ ਕੋਲ ਕੈਨੇਡਾ ਗਏ ਸਨ ਗੁਰਜਿੰਦਰ ਸਿੰਘ ਦੇ ਪਿਛਲੇ ਦਿਨੀ ਕੈਨੇਡਾ ਚ ਕਾਰ ਚੋਂਦੇ ਸਮੇਂ ਦਿਲ ਦਾ ਦੌਰਾ ਪੈ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ ਗੁਰਜਿੰਦਰ ਸਿੰਘ ਮੰਗੜ ਓਫ ਗੱਗੀ ਦੀ ਮੌਤ ਦੀ ਖਬਰ ਦੇ ਨਾਲ ਇਲਾਕੇ ਚ ਸੋਗ ਦੀ ਲਹਿਰ ਫੈਲ ਗਈ ਹੈ ਚੀਨ ਅਮਰੀਕਾ ਚ ਕਰੋਨਾ ਦਾ ਕਹਿਰ ਮਗਰੋਂ ਕੇਂਦਰ ਚੋਕਸ ਸੂਬਿਆਂ ਨੂੰ ਹਦਾਇਤ ਜਾਰੀ ਜੇ ਆਤ ਉਸੇ ਇੱਕ ਮਹਾਂ ਸੈਕਸ਼ਨ ਦੇ ਵਿੱਚ ਸਖਸ਼ ਤੇ ਲਈ ਵਾਹਿਗੁਰੂ ਰੂ ਲਿਖਣਾ ਤਾਂ ਜੋ ਵਾਹਿਗੁਰੂ ਉਸ ਨੂੰ ਆਪਣੇ ਚਰਣਾ ਚ ਸਤਾਨ ਦਕਸ਼ੇ ਬਾਕੀ ਖਬਰ ਨੂੰ ਅੰਤ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ